बड़े चा ना आए थे पहाड़ देखने, पहाड़ भी देखने, आ देखो बैठे हम जगह भी नहीं देखे, डस्टबिन कोले उथे बैठ गया। हाँ माता कि लगे पहाड़ देख के? पहला देखे थे थे? छुट्टी चलो जी अह चले सारी फैमिली घूमने वास्ते, दिखावांगे चलो फिर मिलते हैं फिर। सो असी घरों चल पे सी ते पापा सानू खाण पीण नू फड़ा के चले गए क्योंकि असी थोड़ा दूर जाना, सो खाण पीण दी जरूरत पेगी। सो पापा सानू देख के ते आपदा कुछ काम करन करन चले गए। हेलो साडे सौंगे, ए तां आए सौंगे जे मैं बहुत दूर चले हुंदे। हां दूर ही चले आपा, घरों निकल के ही सौंगे तां। ते असी हुण पहुंचण वाले पंचकुला, ते पंचकुले रास्ते पै गए अगे पहुंच जाए पंचकूले, तो हम देखो भी जा कितने रहे हैं, ये नहीं तुम दसना भी जा कितने रहे हैं, तुम आप ही देखना हरी वीडियो भी कितने जा रहे हैं, कि जगह पर जा रहे हैं। नहीं हाँ जी असी अपनी जगह पर पहुँच गए जिते आना सी। आई लव हिमाचल, तो साढ़े बंदे अद्धे उत्तर दविंदर उत्तर खड़ा घबराहट पहला होने लग पे घंट जगह है पूरी। आई लव ट्रेन जा रही है, वाली ट्रेन है छोटी जी यार, मैं गड्डी मोड़ के ला दी इतने आओ इतने बड़ी बनाई इधर साइड तो मतलब मैं गड्डी लानी इतनी जा रही है टॉय ट्रेन शिमला। आई लव हिमाचल, तो देखो उच्चे उच्चे पहाड़ है। तो हाँ जी कि फील हो रहा है इतने आके? माता साड़ी भी पहली बार आई है पहाड़ा च, मतलब पहले देख कितने चढ़ना है, चढ़ जाओ चढ़ जाओ चढ़ जाओ। अजय वीर किधर चढ़ना पहाड़ से? इधर इधर उधर से जाना। चलो जी और सीढ़ियों तो जाने हैं, ठंड महसूस होती है ना ऊपर, हवा आती ना ठंडी ठंडी, जंगल ही जंगल होगी की है अजय, जंगली जंगल जंगली जंगल है। दसो आ गए तुम पहाड़ा च की करना, इतने करना चाहते हो? तो फिर कई बार ड्यूटी लग जाती है फोटो खिंचन, से कहते अं कुछ खाना तो नाले कितने झूले तो फोटो लेने। अजय भीर उत्तर कहते जाना जाना हम, अजय भीर झूले पाल है, अजय भीर झूले तो लेना फोटो, दसी पुत की करना की करना झूले लेने हैं। नूर एनर्जी सी हम डाउन हो गई ना, तो नूर देख नूर तो नूर की दादी बैठ गए थक गई, फोटो फाटो खूब सारिया खिंच गए इन्होंने, तो अब तुम दिखा दें दिखाता मैं नूर तो नूर की दादी थक के बैठ गया नूर की एनर्जी डाउन है, फिर नूर खाधे बना नहीं दस सकती, नूर खूब सारा खाना भाल दी है।
ਦਵਿੰਦਰ ਸੋਚਦੇ ਵੀ ਜਿਹੜੇ ਇੱਥੇ ਘਰ ਬਣੇ ਹੋਏ ਆ ਤੇ ਰਾਸ਼ਨ ਰੂਸ਼ਨ ਕਿਵੇਂ ਲੈ ਕੇ ਜਾਂਦੇ ਆ ਕਿ ਵੀ ਜਿਹੜੇ ਇੰਨੇ ਉੱਚੇ ਉੱਚੇ ਘਰ ਆ ਨੀਵੇਂ ਆ ਦੇਖੋ ਹਾਂ ਪਹਾੜ ਦੇਖਣੇ ਆਹ ਦੇਖੋ ਬੈਠੇ ਹੁਣ ਜਗ੍ਹਾ ਵੀ ਨੀ ਦੇਖੇ ਡਸਟਬਿਨ ਕੋਲੇ ਉੱਥੇ ਹੀ ਬੈਠ ਗਿਆ ਇੰਨੇ ਥੱਕ ਚੁੱਕੇ ਆ ਹੈ ਨੂਰ ਕੀ ਐਕਸਪੀਰੀਅੰਸ ਰਿਹਾ ਤੇਰਾ ਅੱਛਾ ਸਰ ਦਰਦ ਹੋਣਾ ਭੁੱਖ ਨਾ ਵੀ ਇਹਦਾ ਯਾਰ ਖਾਣ ਪੀਣ ਦੇ ਵਿੱਚ ਜ਼ਿਆਦਾ ਸ਼ੌਕੀਨ ਇਹਦਾ ਅਤੇ ਘੁੰਮਣ ਆ ਗਏ ਪਹਾੜ ਦੇਖਣ ਪਰ ਇੱਥੇ ਲੱਗੀ ਭੁੱਖ ਇਹਨਾਂ ਨੂੰ ਅਤੇ ਬੜਾ ਇਹ ਫੀਲ ਕਰ ਰਹੇ ਭੁੱਖਾ ਤੁਹਾਡਾ ਤੁਹਾਡਾ ਕੀ ਐਕਸਪੀਰੀਅੰਸ ਹੈ ਮੇਰਾ ਐਕਸਪੀਰੀਅੰਸ ਵਧੀਆ ਪਰ ਅੱਜ ਥੋੜ੍ਹਾ ਜਿਹਾ ਹੀ ਲੱਗਿਆ ਵੀ ਖਾਣ ਨੂੰ ਬਹੁਤ ਸਾਰਾ ਸਮਾਨ ਲੈ ਕੇ ਅੱਛਾ ਤੈਨੂੰ ਵੀ ਭੁੱਖ ਲੱਗੀ ਆ ਖਾਣ ਦੀ ਥੋੜ੍ਹੀ ਜਿਹੀ ਕਮੀ ਲੱਗ ਰਹੀ ਹੈ ਵੀ ਸਮਾਨ ਲਿਆਂਦਾ ਹੁੰਦਾ ਤਾਂ ਬੈਠ ਕੇ ਖਾ ਲੈਂਦੇ ਅੱਛਾ ਅਤੇ ਕਿਵੇਂ ਵਾਤਾਵਰਨ ਕਿੱਦਾਂ ਲੱਗਿਆ ਇਹਦਾ ਵਾਤਾਵਰਨ ਹੈ ਨਾ ਬਹੁਤ ਫਰੈਸ਼ ਹੈ ਨਾ ਠੰਡਾ ਠੰਡਾ ਨਾ ਆਪਣੇ ਨਾਲ ਜਿਆਦਾ ਸੋਹਣਾ ਲੱਗ ਰਿਹਾ ਆਪਣੀ ਵੀਡੀਓ ਵਿੱਚ ਓਨਾ ਸੋਹਣਾ ਲੱਗ ਰਿਹਾ ਹੋਣਾ ਘਬਰਾਹਟ ਹੋ ਰਹੀ ਆ ਕੀ ਖਾਣਾ ਬੱਚੇ ਨੇ ਲਿਮਕਾ ਪੀਣਾ ਇਹਨੂੰ ਤਾਂ ਭੁੱਖ ਲੱਗੇ ਨੂਰ ਦੀ ਦਾਦੀ ਦਾ ਉਹ ਬੈਠੇ ਆਹੋ ਬਈ ਉਹ ਤਾਂ ਬੈਠ ਗਿਆ ਆਰਾਮ ਨਾਲ ਥੱਕ ਗਿਆ ਉਹ ਹੈ ਤੇ ਆਪਾਂ ਹੁਣ ਚੱਲੀਏ ਕਿਸੇ ਪਾਸੇ ਖਾ ਪੀ ਕੇ ਆਈਏ ਹਨਾ ਖਾ ਪੀ ਕੇ ਆਈਏ ਤੇ ਉਸ ਤੋਂ ਬਾਅਦ ਕੋਈ ਹੋਟਲ ਹਾਟਲ ਦੇਖਦੇ ਆ ਅੱਛਾ ਰਹਿਣ ਵਾਸਤੇ ਕੋਈ ਹੋਟਲ ਬੁੱਕ ਕਰਨਾ ਇਹਨਾਂ ਨੇ ਕੋਈ ਹੋਟਲ ਬੁੱਕ ਕਰਦੇ ਆ ਨਾ ਠੀਕ ਆ ਲੋ ਮੈਂ ਸਕੂਲ ਜਾਣਾ ਆ ਕੱਲ੍ਹ ਕਰਾ ਦੇਣੀ ਮੈਨੂੰ ਲੋ ਫੇਰ ਠੀਕ ਆ ਅੱਜ ਦੇ ਕੱਪੜੇ ਵੀ ਆਪਾਂ ਵਿੱਚ ਰੱਖੇ ਹੋਏ ਆ ਅੱਛਾ ਮੇਰੇ ਨਹੀਂ ਰੱਖੇ ਨਾ ਤੇ ਨੂਰ ਸਾਰ ਲੈਂਦੀ ਐਵੇਂ ਹੀ ਨੂਰ ਤੇ ਆਹੀ ਕੱਪੜੇ ਬਣਾ ਮੇਰੇ ਵੀ ਤੇ ਅੱਜ ਅਸੀਂ ਰਾਤ ਰਹਿਣਾ ਅੱਜ ਕਿੰਨੇ ਕਿੰਨੇ ਹੋਟਲ ਦੇ ਦੇ ਹਾਂ ਮਾਤਾ ਕਿੱਦਾਂ ਲੱਗਿਆ ਪਹਾੜ ਦੇਖ ਕੇ ਬਹੁਤ ਵਧੀਆ ਲੱਗਿਆ ਪਹਿਲਾਂ ਦੇਖੇ ਸੀਗੇ ਤੇ ਨਾ ਕਿਵੇਂ ਸ਼ਾਂਤੀ ਲੱਗਦੀ ਨਾ ਇੱਥੇ ਕਿੰਨੇ ਉਹ ਠੰਡੀ ਠੰਡੀ ਹਵਾ ਵੈਸੇ ਵੀ ਸ਼ਾਂਤੀ ਆ ਨਾ ਪੂਰੀ ਕਿੰਨੇ ਘੱਟ ਲੱਗਦਾ ਯਾਰ ਲਓ ਜੀ ਜਿਹੜੇ ਵੀ ਸ਼ਿਮਲੇ ਜਾਂਦੇ ਲੋਕ ਜਾਂ ਕਸੌਲੀ ਜਾਂਦੇ ਇੱਥੇ ਜ਼ਰੂਰ ਖੜ ਕੇ ਜਾਂਦੇ ਆ ਅਤੇ ਇਹ ਜਗ੍ਹਾ ਬਹੁਤ ਵਧੀਆ ਬਣਾਈ ਪਾਰਕ ਜੀ ਆ ਰਸਤੇ ਦੇ ਵਿੱਚ ਜਦੋਂ ਸ਼ਿਮਲੇ ਨੂੰ ਜਾਈਏ ਆਪਾਂ ਆਈ ਲਵ ਹਿਮਾਚਲ ਕਰਕੇ ਪਾਰਕ ਬਣੀ ਆ ਅਤੇ ਇੱਥੇ ਲੋਕ ਹਮੇਸ਼ਾ ਹੀ ਸਾਰੇ ਖੜ ਕੇ ਜਾਂਦੇ ਆ ਜਿਹੜੇ ਘੁੰਮਣ ਜਾਂਦੇ ਆ ਆਪਣੇ ਫੈਮਿਲੀਆਂ ਦੇ ਨਾਲ ਅਤੇ ਬਹੁਤ ਵਧੀਆ ਪਾਰਕ ਹੈ ਬੜਾ ਸ਼ਾਂਤੀ ਆਉਂਦੀ ਹੈ ਬੜਾ ਆਨੰਦ ਆਉਂਦਾ ਜੇ ਬੱਚਿਆਂ ਨੂੰ ਆਪਾਂ ਸੰਡੇ ਵਾਲੇ ਦਿਨ ਵੀ ਇੱਥੇ ਘੁੰਮਾ ਕੇ ਲਿਜਾ ਸਕਦੇ ਹਾਂ ਨੇੜੇ ਹੀ ਆ ਚੰਡੀਗੜ੍ਹ ਦੇ ਅਤੇ ਬਹੁਤ ਵਧੀਆ ਜੀ ਅਸੀਂ ਰੈਸਟ ਕਰ ਰਹੇ ਹਾਂ ਥੋੜ੍ਹੀ ਬਹੁਤੀ ਅਤੇ ਬੱਚੇ ਪੂਰੇ ਥੱਕ ਗਏ ਸੀਗੇ ਫੋਟੋ ਖਿਚਵਾ ਖਿਚਵਾ ਕੇ ਗਾ ਦੁਬਾਰਾ ਦੇ ਬਾ ਗਾ ਗਾ ਗਾਣਾ ਗਾ ਉਹ ਜਿੱਥੇ ਸਾਰੇ ਜਿੱਥੇ ਸ਼ੁਰੂ ਜਿੱਥੇ ਮਰਜ਼ੀ ਸ਼ੁਰੂ ਕਰ ਸੌਂਗ ਸੁਣਾ ਰਿਹਾ ਸੀ ਨਾ ਤੇ ਨੂਰ ਨੀਚੇ ਨੀਚੇ ਲੁਕ ਰਹੀ ਸੀ ਵੀ ਕਿਸੇ ਨੂੰ ਪਤਾ ਨਾ ਲੱਗੇ ਵੀ ਇਹ ਕੁੜੀ ਉਹਨਾਂ ਦੇ ਨਾਲ ਨੂਰ ਲੁਕਦੀ ਸੀ ਵੀ ਇਹਨਾਂ ਨੂੰ ਪਤਾ ਨਾ ਲੱਗੇ ਵੀ ਇਹਨਾਂ ਨਾਲ ਆਈ ਹੈ ਕੁੜੀ ਇਹ ਕੁੜੀ ਇਹਨਾਂ ਦੇ ਨਾਲ ਆਈ ਇਹਨਾਂ ਨੂੰ ਪਤਾ ਲੱਗੇ ਅੱਜ ਵੀ ਸੌਂਗ ਸੁਣਾਉਂਦਾ ਸੀ ਤੇ ਮੈਨੂੰ ਸ਼ਰਮ ਆ ਰਹੀ ਸੀ ਬਹੁਤ ਜ਼ਿਆਦਾ ਇੰਨਾ ਉੱਚੀ ਗਾ ਰਿਹਾ ਸੀ ਇਹ ਉਹ ਬੰਦਾ ਫਿਰ ਲਾਊਡਲੀ ਗਾਉਂਦੇ ਹੁੰਦੇ ਸੀ ਜੀ ਹੁਣ ਅਸੀਂ ਜਾ ਰਹੇ ਹਾਂ ਵਾਪਸ ਪਰ ਵਾਪਸ ਜਾਂਦੇ ਜਾਂਦੇ ਮੇਰੇ ਮਾਈਂਡ ਦੇ ਵਿੱਚ ਬਹੁਤ ਪੈਂਦਾ ਸੀ ਬਹੁਤ ਵਧੀਆ ਪਾਰਕ ਜਿਹਾ ਬਣਾਇਆ ਜਦੋਂ ਹਿਮਾਚਲ ਨੂੰ ਜਾਂਦੇ ਹਾਂ ਆਪਾਂ ਤੇ ਰਸਤੇ ਦੇ ਵਿੱਚ ਬੱਚਿਆਂ ਦੇ ਨਾਲ ਬਹੁਤ ਵਧੀਆ ਇੰਜੋਏ ਕਰ ਸਕਦੇ ਆਪਾਂ ਇੱਥੇ ਲਓ ਇੱਥੇ ਹੀ ਰੁਕ ਗਏ ਹਾਂ ਨੂਰਨ ਲੱਗੀ ਭੁੱਖ
ਉਹ ਕਹਿੰਦਾ ਸਾਨੂੰ ਭੁੱਖ ਲੱਗੀ ਅਸੀਂ ਬਿਨਾਂ ਖਾਧੇ ਕੁਛ ਨਹੀਂ ਅੱਗੇ ਜਾ ਸਕਦੇ ਅਤੇ ਅਸੀਂ ਫਿਰ ਰੁਕ ਕੇ ਹੁਣ ਕੁਛ ਮੈਂ ਖਾਣ ਨੂੰ ਲੈ ਕੇ ਆਉਂਦਾ ਉਹਨਾਂ ਵਾਸਤੇ ਬਿਆਸ ਲੈਂਦੀ ਬੱਸ ਇਹ ਸੰਗਤ ਲੈ ਕੇ ਆਈ ਆ ਲਓ ਜੀ ਖਾਣ ਨੂੰ ਅਸੀਂ ਲੈ ਲਿਆ ਦੋ ਪੈਕਟ ਹੋਰ ਕੁਛ ਖਾਣ ਨੂੰ ਹੈ ਨਹੀਂ ਸੀ ਖਾ ਸਕੋ ਖੜਨਾ ਪੈਣਾ ਸੀ ਅਤੇ ਟਾਈਮ ਬਹੁਤ ਲੱਗਣਾ ਬਹੁਤ ਡੂੰਘਾ ਬਾਈ ਉਹ ਦੇਖੋ ਕਿੰਨਾ ਡੂੰਘਾ ਖਾਈ ਆ ਬੜੀ ਡੂੰਘੀ ਖਾਈ ਆ ਬਣੀ ਅਸੀਂ ਇੱਥੇ ਉਹ ਜਿਪ ਲਾਈਨ ਸਾਹਮਣੇ ਉਹ ਚੱਲ ਰਹੀ ਆ ਨੂਰ ਜਾਣਾ ਉੱਪਰ ਉਸ 'ਤੇ ਚੜ੍ਹਨਾ ਅੱਛਾ ਬਹੁਤ ਡੂੰਘੀ ਖਾਈ ਆ ਜੀ ਉੱਤੋਂ ਤੇ ਜਾਂਦੀ ਆ ਬਹੁਤ ਡੂੰਘੀ ਖਾਈ ਆ ਹੈ ਨਾ ਨੂਰ ਹੁਣ ਆਪਾਂ ਚੱਲੇ ਹਾਂ ਗੁਰਦੁਆਰਾ ਸਾਹਿਬ ਨਾਢਾ ਸਾਹਿਬ ਗੁਰਦੁਆਰਾ ਨਾਢਾ ਸਾਹਿਬ ਅਤੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਨਾਢਾ ਸਾਹਿਬ ਦੇ ਅਤੇ ਇਹਨਾਂ ਨੇ ਇਹ ਫਸਟ ਟਾਈਮ ਆ ਰਹੇ ਆ ਨੂਰ ਹਰੇ ਨੂਰ ਹੋ ਗਿਆ ਨੂਰ ਦੀ ਮੰਮੀ ਆਈ ਹੈ ਤੂੰ ਬੇਟਾ ਨੂਰ ਵੀ ਆਏ ਹਾਂ ਨੂਰ ਛੋਟੀ ਸੀ ਬਾਲੀ ਜਦੋਂ ਆਈ ਆ ਦਾਦੀ ਇਹਨਾਂ ਦੀ ਕਹਿੰਦੇ ਆਈ ਆ ਪਹਿਲਾਂ ਹੁਣ ਹਮੇਸ਼ਾ ਦੀ ਤਰ੍ਹਾਂ ਸਾਡੀ ਕਨਫਿਊਜ਼ਨ ਚੱਲੇਗੀ 5-7 ਮਿੰਟ ਕਿ ਗੱਡੀ ਕਿੱਧਰ ਲਾਉਣੀ ਆ ਪਾਰਕ ਪਾਰ ਕਰਨ ਤੋਂ ਬਾਅਦ ਮੈਂ ਖੜੂ ਕੋ ਮੈਂ ਬੈਕ ਕਰਕੇ ਆਇਆ ਗੱਡੀ ਖੜੋ ਇੱਧਰ ਨਹੀਂ ਲਾਉਣੀ ਸੀ ਇੱਧਰ ਨਹੀਂ ਲਾਉਣੀ ਸੀ ਗੱਡੀ ਇੱਧਰ ਨਹੀਂ ਨਹੀਂ ਤੁਸੀਂ ਕਹਿਣਾ ਬਾਅਦ ਚ ਨਹੀਂ ਇੱਥੇ ਲਾਉਣੀ ਅੱਜ ਅੱਜ ਇੱਥੇ ਪੱਕਾ ਫਾਈਨਲ ਹੋ ਗਿਆ ਫਾਈਨਲ ਗੱਡੀ ਇੱਥੇ ਲਾਉਣੀ ਆ ਨੂਰ ਵੇਖੀ ਇੱਧਰ ਹੁਣ ਫਾਈਨਲ ਕਰਤਾ ਤੇਰੇ ਪਾਪਾ ਨੇ ਮੇਰਾ ਜੀ ਗੁੜ ਬੜੀ ਵਧੀਆ ਚੀਜ਼ ਹੋਈ ਯਾਰ ਹਾਂ ਨਹੀਂ ਤਾਂ ਹਜੇ ਦੇਖਣਗੇ ਉੱਤਰ ਕੇ ਫਿਰ ਤਾਂ ਦੇਖਣਾ ਪਾਪਾ ਉਲਟੀ ਲਵਾਣੀ ਸੀ ਕੀ ਲਓ ਜੀ ਅਸੀਂ ਹੁਣ ਪਹੁੰਚ ਗਏ ਸ੍ਰੀ ਨਾਢਾ ਸਾਹਿਬ ਗੁਰਦੁਆਰਾ ਸਾਹਿਬ ਅਤੇ ਗੱਡੀ ਅਸੀਂ ਪਾਰਕ ਕਰਤੀ ਉੱਪਰ ਇੱਦਾਂ ਪਾਰਕਿੰਗ ਬਣੀ ਹੈਗੀ ਆ ਉੱਪਰ ਹੀ ਪਾਰਕ ਕਰਤੀ ਗੱਡੀ 'ਤੇ ਹਾਂਜੀ ਆਪਾਂ ਪਹੁੰਚ ਗਏ ਘਰ ਅਤੇ ਰਸਤੇ 'ਚ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਅਤੇ ਵਾਪਸ ਅਸੀਂ ਕੋਈ ਸਮਾਨ ਲੈਣਾ ਸੀ ਬਾਜ਼ਾਰ 'ਚ ਦਵਾਈ ਦਵੂਈ ਲੈ ਕੇ ਅਸੀਂ ਘਰ ਵਾਪਸ ਆ ਗਏ ਹਾਂ ਹਾਂਜੀ ਅਜੇ ਵੀਰ ਵੀ ਆ ਗਿਆ ਹੋਰ ਕਿਵੇਂ ਇੰਜੋਏ ਕੀਤਾ ਵਧੀਆ ਹੈਂ ਨਜ਼ਾਰਾ ਆ ਗਿਆ ਸੀ ਅਤੇ ਚਲੋ ਜੀ ਬਹੁਤ ਵਧੀਆ ਲੱਗਿਆ ਸਾਨੂੰ ਤਾਂ ਘੁੰਮ ਫਿਰ ਕੇ ਬਹੁਤ ਲੰਬੇ ਸਮੇਂ ਬਾਅਦ ਅਸੀਂ ਸਾਰੀ ਫੈਮਿਲੀ ਗਏ ਸੀ ਬਾਹਰ ਘੁੰਮਣ ਵਾਸਤੇ ਅਤੇ ਬੜਾ ਵਧੀਆ ਲੱਗਿਆ ਸਕੂਨ ਜਿਹਾ ਮਿਲਿਆ ਜਾ ਕੇ ਇੱਕ ਨਵੀਂ ਜਗ੍ਹਾ ਗਏ ਸੀ ਤਾਂ ਕਰਕੇ ਤੇ ਵਧੀਆ ਬਹੁਤ ਵਧੀਆ ਇੰਜੋਏ ਕੀਤਾ ਤੇ ਨੂਰ ਦਾ ਦੋਸਤ ਦੇਖੋ ਉਹ ਮੋਬਾਈਲ ਉਹਦੇ ਬਿਨਾਂ ਬਿਲਕੁਲ ਜੀ ਨਹੀਂ ਲੱਗਿਆ ਨੂਰ ਦਾ ਆਉਣ ਸਾਰਿਆਂ ਨੇ ਮੋਬਾਈਲ ਚੱਕ ਲਿਆ ਅਤੇ ਹੁਣ ਆਪਾਂ ਆਵੇ ਗੇਮਾਂ ਗੂਮਾਂ ਖੇਡੂਗੀ ਅਤੇ ਆਪਾਂ ਬਹੁਤ ਇੰਜੋਏ ਕੀਤਾ ਅਤੇ ਸਾਡਾ ਜਿਹੜਾ ਵਲੋਗ ਆ ਤੁਸੀਂ ਦੱਸਣਾ ਸਾਨੂੰ ਕਿੱਦਾਂ ਇੰਜੋਏ ਕੀਤਾ ਤੁਸੀਂ ਵੀ ਸਾਡੇ ਵਲੋਗ ਨੂੰ ਕਿੱਦਾਂ ਲੱਗਿਆ ਲਾਈਕ ਕਰਕੇ ਦੱਸਣਾ ਔਰ ਕਮੈਂਟ ਕਰਕੇ ਦੱਸਣਾ ਕਿੱਦਾਂ ਸਾਡਾ ਵਲੋਗ ਲੱਗਿਆ ਤੁਹਾਨੂੰ ਅਤੇ ਹਾਂ ਅਜੇ ਵੀਰ ਬੋਲੋ ਸ਼ੇਅਰ ਕਰ ਦਿਓ ਠੀਕ ਹੈ ਜੀ ਇੱਕ ਮੁੰਡੇ ਨੇ ਕਹਿੰਦਾ ਸਾਡੇ ਨਾਲ ਸ਼ੇਅਰ ਕਰ ਦਿਓ ਸ਼ੇਅਰ ਜ਼ਰੂਰ ਕਰਨਾ ਔਰ ਲਾਈਕ ਵੀ ਕਰਨਾ ਔਰ ਕਮੈਂਟ ਕਰਕੇ ਜ਼ਰੂਰ ਦੱਸਣਾ ਹਾਂ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿੱਦਾਂ ਦਾ ਲੱਗਿਆ ਵਲੋਗ ਸਾਡਾ ਅਤੇ ਮਿਲਾਂਗੇ ਫਿਰ ਅਗਲੇ ਵਲੋਗ ਦੇ ਵਿੱਚ ਤਦ ਤੱਕ ਲਈ